ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ, ਮੈਂ ਹਾਂ ਮਨਦੀਪ ਕੌਰ ਸੰਧੂ। ਜਿਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੋ ਰਿਹਾ ਸੀ, ਅੱਜ ਆਖਿਰਕਾਰ ਉਹ ਦਿਨ ਆ ਗਿਆ। 19 ਮਈ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ, ਸੋ ਸਾਰੇ ਜਿਹੜੇ ਨੇ ਉਮੀਦਵਾਰ ਦਿੱਗਜ ਨੇਤਾਵਾਂ ਦੇ ਨਾਲ ਨਾਲ ਆਮ ਜਨਤਾ ਵੀ ਅੱਜ ਵੋਟਿੰਗ ਕਰ ਰਹੀ ਹੈ। ਗੱਲ ਕਰਦੇ ਹਾਂ ਕਿ ਅੱਜ 8 ਸੂਬਿਆਂ ਦੇ ਜਿਹੜੇ 59 ਸੀਟਾਂ ਤੇ ਜਿਹੜੀਆਂ ਚੋਣਾਂ ਨੇ ਹੋ ਰਹੀਆਂ ਨੇ। ਇਸ ਦੇ ਨਾਲ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 278 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਨੇ। ਸੋ ਵੱਖ ਵੱਖ ਥਾਵਾਂ ਤੇ ਲਗਾਤਾਰ ਹੀ ਜਿਹੜੀ ਆ ਪੋਲਿੰਗ ਹੋਣੀ ਸ਼ੁਰੂ ਹੋ ਗਈ ਹੈ। ਵੱਖ ਵੱਖ ਪੋਲਿੰਗ ਬੂਥਾਂ ਤੇ ਜਾ ਕੇ ਆਮ ਜਨਤਾ ਵੋਟਿੰਗ ਕਰ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਦਿੱਗਜ ਨੇਤਾਵਾਂ ਦੀ ਤਾਂ ਸੁਰਜੀਤ ਰਖੜਾ ਤੋਂ ਲੈ ਕੇ ਸਾਰੇ ਹੀ ਨੇਤਾਵਾਂ ਨੇ ਵਾਰੀ ਵਾਰੀ ਜਾ ਕੇ ਆਪਣੀ ਜਿਹੜੀ ਵੋਟ ਦਾ ਇਸਤੇਮਾਲ ਕੀਤਾ। ਸੋ ਮੇਰੇ ਨਾਲ ਮੇਰੇ ਸਹਿਯੋਗੀ ਰਿਤੂ ਵੀ ਨੇ, ਉਹ ਵੀ ਦੱਸਣਗੇ ਕਿ ਹੁਣ ਤੱਕ ਕਿੱਥੇ ਕਿੱਥੇ ਕਿੰਨੀ ਵੋਟਿੰਗ ਜਿਹੜੀ ਹੋ ਚੁੱਕੀ ਹੈ। ਰਿਤੂ, ਕੀ ਕਹਿਣਾ ਹੈ ਕਿ ਕਿੱਥੇ ਕਿੱਥੇ ਕਿੰਨੇ ਪਰਸੈਂਟ ਜਿਹੜੀ ਵੋਟਿੰਗ ਹੋ ਗਈ ਹੈ? ਜੀ, ਵੈਸੇ ਜਿਹੜੀ ਕਿ 19 ਮਈ ਨੂੰ ਜਿਸ ਦਿਨ ਦਾ ਸਭ ਨੂੰ ਬੇਸਬਰੀ ਨਾਲ ਉਹ ਆ ਗਿਆ, ਤੇ ਹੁਣ 278 ਉਮੀਦਵਾਰ ਜਿਹੜੀ ਕਿਸਮਤ ਦਾ ਫੈਸਲਾ ਹੋ ਰਿਹਾ, ਤੇ ਹੁਣ ਤੱਕ ਜਿਹੜੇ ਕਿ ਚੰਡੀਗੜ੍ਹ ਤੋਂ ਜਿਹੜੇ ਪਵਨ ਕੁਮਾਰ ਬਾਂਸਲ ਕਾਂਗਰਸ ਦੇ ਉਮੀਦਵਾਰ ਨੇ, ਉਹ ਵੀ ਵੋਟ ਭੁਗਤਾ ਚੁੱਕੇ ਨੇ। ਜੀ ਜੀ, ਬਿਲਕੁਲ, ਮੈਂ ਦੱਸਦੀ ਜਾਵਾਂ ਕਿ ਪਵਨ ਕੁਮਾਰ ਬਾਂਸਲ ਜਦੋਂ ਹੀ ਵੋਟਿੰਗ ਕਰਕੇ ਬਾਹਰ ਆਏ ਤਾਂ ਆਉਂਦਿਆਂ ਪਹਿਲਾਂ ਉਹਨਾਂ ਨੇ ਕਿਰਨ ਖੇਰ ਹੋਣਾ ਤੇ ਵੀ ਜਿਹੜੀ ਆਪਣੀ ਭੜਾਸ ਕੱਢੀ ਹੈ, ਨਾਲ ਉਹਨਾਂ ਨੇ ਆਪਣੀ ਜਿੱਤ ਦਾ ਜਿਹੜਾ ਦਾਅਵਾ ਵੀ ਠੋਕਿਆ। ਹੋਰ ਕਿੱਥੇ ਕਿੱਥੇ ਕੌਣ ਕੌਣ ਦਿੱਗਜ ਪਹੁੰਚੇ? ਬਿਲਕੁਲ, ਜਿਹੜੇ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਤੋਂ ਆਪਣੇ ਪਰਿਵਾਰ ਸਮੇਤ ਵੋਟ ਦਾ ਭੁਗਤਾਨ ਕਰਕੇ ਆਏ ਨੇ, ਤੇ ਉਹਨਾਂ ਨੇ ਬਾਹਰ ਆਉਂਦੇ ਕਿਹਾ ਕਿ ਅਕਾਲੀ ਦਲ ਜਿਹੜਾ ਹੈ ਕਿ ਉਹ 10 ਸੀਟਾਂ ਤੇ ਜਿਹੜੀ ਜਿੱਤ ਜ਼ਰੂਰ ਪ੍ਰਾਪਤ ਕਰੇਗਾ। ਤੇ ਉਸ ਦੇ ਨਾਲ ਹੀ ਮੈਂ ਗੱਲ ਕਰਾਂ ਤੇ ਹਰਸਿਮਰਤ ਕੌਰ ਬਾਦਲ ਦੀ, ਉਹ ਵੀ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ, ਉਹਨਾਂ ਨੇ ਅੱਜ ਸਭ ਤੋਂ ਪਹਿਲੇ ਜਾ ਕੇ ਅਰਦਾਸ ਕੀਤੀ ਹੈ ਕਿ ਆਪਣੀ ਜਿੱਤ ਦੀ ਜਿਹੜੀ ਉਹਨਾਂ ਨੇ ਮਨੋਕਾਮਨਾ ਮੰਗੀ ਹੈ। ਤੇ ਉਸ ਤੋਂ ਬਾਅਦ ਲੁਧਿਆਣਾ ਤੋਂ ਭਾਰਤ ਭੂਸ਼ਣ ਆਸ਼ਰੂ ਜਿਹੜੇ ਕੈਬਨਿਟ ਮੰਤਰੀ ਹੈ, ਉਹ ਵੀ ਆਪਣੀ ਵੋਟ ਦਾ ਭੁਗਤਾਨ ਕਰ ਚੁੱਕੇ ਨੇ। ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਤੇਜਪਾਲ ਜਿਹੜੇ ਉਹ ਸਕੂਟਰ ਤੇ ਵੋਟ ਪਾਉਣ ਗਏ ਸੀਗੇ। ਤੇ ਉਸ ਤੋਂ ਬਾਅਦ ਅਗਰ ਗੱਲ ਕਰੀ ਜਾਏ ਗੁਰਦਾਸਪੁਰ ਸੀਟ, ਜਿਹੜੀ ਕਿ ਸਭ ਤੋਂ ਜ਼ਿਆਦਾ ਹੌਟ ਸੀਟ ਮੰਨੀ ਜਾ ਰਹੀ ਹੈ ਸਨੀ ਦਿਓਲ ਦੇ ਕਰਕੇ, ਤੇ ਪਰ ਜਾਖੜ ਜਿਹੜੇ ਸੁਨੀਲ ਜਾਖੜ, ਉਹ ਵੀ ਆਪਣੀ ਜਿਹੜੀ ਵੋਟ ਦਾ ਭੁਗਤਾਨ ਕਰ ਚੁੱਕੇ ਨੇ। ਜੀ ਬਿਲਕੁਲ ਜੀ, ਸਨੀ ਦਿਓਲ ਨੇ ਅੱਜ ਆਉਂਦਿਆਂ ਸਾਰ ਹੀ ਪਹਿਲਾਂ ਆਪਣੀ ਪੋਲਿੰਗ ਬੂਥ ਦਾ ਜਿਹੜਾ ਦੌਰਾ ਵੀ ਕੀਤਾ। ਸੁਨੀਲ ਜਾਖੜ ਹੋਣਾ ਨੇ ਵੀ ਜਿਹੜੀ ਹੈ ਵੋਟ ਨਹੀਂ ਪਾਈ ਹੈਗੀ। ਸੋ ਜੇਕਰ ਗੱਲ ਕੀਤੀ ਜਾਵੇ ਹਰਸਿਮਰਤ ਕੌਰ ਬਾਦਲ ਦੀ, ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਗੁਰੂ ਘਰ ਗਏ। ਉਹ ਗੁਰੂ ਘਰ ਜਾਣ ਤੋਂ ਬਾਅਦ ਮੱਥਾ ਟੇਕਣ ਤੋਂ ਬਾਅਦ ਉਹਨਾਂ ਨੇ ਆਪਣੀ ਜਿੱਤ ਦੀ ਅਰਦਾਸ ਕੀਤੀ। ਉਸ ਤੋਂ ਬਾਅਦ ਉਹ ਪੋਲਿੰਗ ਬੂਥ ਤੇ ਗਏ ਨੇ। ਇਸ ਦੇ ਨਾਲ ਮਨਪ੍ਰੀਤ ਬਾਦਲ ਹੋਣਾ ਨੇ ਵੀ ਆਪਣੀ ਵੋਟ ਦਾ ਜਿਹੜਾ ਭੁਗਤਾਨ ਕਰ ਲਿਆ ਹੈ ਨਾ। ਹੋਰ ਕਿਹੜੇ ਕਿਹੜੇ ਲੀਡਰ ਸੀ ਜੋ ਵੋਟਿੰਗ ਦਾ ਭੁਗਤਾਨ ਕਰਨ ਪਹੁੰਚੇ? ਪਟਿਆਲਾ ਤੋਂ ਜਿਹੜੇ ਸੁਰਜੀਤ ਸਿੰਘ ਰੱਖੜਾ ਨੇ, ਉਹ ਵੀ ਵੋਟ ਦਾ ਭੁਗਤਾਨ ਕਰ ਚੁੱਕੇ ਨੇ। ਮਹਾਰਾਣੀ ਪਰਨੀਤ ਕੌਰ ਵੀ ਹੈ ਜਿਹੜੇ, ਉਹ ਵੀ ਕਰ ਚੁੱਕੇ ਨੇ। ਇਸ ਤੋਂ ਇਲਾਵਾ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਕਾਂਗਰਸ ਉਮੀਦਵਾਰ ਜਿਹੜੇ ਗੁਰਜੀਤ ਸਿੰਘ ਔਜਲਾ ਜੀ ਹੈ, ਉਹ ਵੀ ਆਪਣੀ ਜਿਹੜੀ ਵੋਟ ਦਾ ਭੁਗਤਾਨ ਕਰ ਚੁੱਕੇ ਨੇ। ਹੋਰ ਜਲੰਧਰ ਤੋਂ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਵੋਟ ਪਾ ਕੇ ਆਪਣੀ ਜਿਹੜੀ ਹੈ ਫੋਟੋ, ਉਹ ਵੀ ਆਪਣੇ ਟਵਿੱਟਰ ਤੇ ਟਵੀਟ ਕੀਤੀ ਹੈ ਕਿ ਨਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਵੋਟ ਪਾਉਣ ਜ਼ਰੂਰ ਜਾਣ। ਨਾਲੇ ਅੱਜ ਐਤਵਾਰ ਦਾ ਦਿਨ ਹੈ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ 'ਚ ਜਿਹੜੀ ਵੋਟਿੰਗ ਰਿਕਾਰਡ ਤੋੜ ਹੋਣੀ ਚਾਹੀਦੀ ਹੈ। ਜੀ ਜੀ ਬਿਲਕੁਲ ਜੀ, ਹਰਭਜਨ ਹੋਣਾ ਨੇ ਜਿੱਥੇ ਵੋਟ ਪਾਈ ਉੱਥੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਿੱਦਾਂ ਦੀ ਸਰਕਾਰ ਹੋਣੀ ਚਾਹੀਦੀ। ਉਹਨਾਂ ਨੇ ਇਹ ਵੀ ਦੱਸਿਆ ਜੇਕਰ ਗੱਲ ਕੀਤੀ ਜਾਵੇ ਲੜਾਈ ਦੀ, ਤਾਂ ਕੁਛ ਜਿਹੜੀਆਂ ਲੜਾਈ ਦੀਆਂ ਖਬਰਾਂ ਵੀ ਰਿਤੂ ਸਾਹਮਣੇ ਆਈਆਂ ਨੇ। ਸੋ ਜਲੰਧਰ ਦੇ ਪਿੰਡ ਲੜੋਈ ਦੇ ਵਿੱਚ ਅਕਾਲੀ ਤੇ ਕਾਂਗਰਸੀਆਂ ਦੀ ਜਿਹੜੀ ਆਪਸ ਵਿੱਚ ਝੜਪ ਵੀ ਹੋਈ ਹੈ, ਉੱਥੇ ਜਿਹੜੇ ਟੇਬਲ ਲੱਗੇ ਹੋਏ ਸਨ ਉਹਨਾਂ ਨੂੰ ਜਿਹੜਾ ਤੋੜ ਦਿੱਤਾ ਗਿਆ ਹੈ। ਸੋ ਹੋਰ ਕਿਤੇ ਜਿਹੜੀਆਂ ਖਬਰਾਂ ਆਈਆਂ ਨੇ ਕਿ ਇਹ ਈਵੀਐਮ ਮਸ਼ੀਨ ਖਰਾਬੀ ਦੀ ਵੀ ਖਬਰ ਆਈ, ਜਿਹੜੇ ਖਮਾਣੋ ਦਾ ਪਿੰਡ ਰਾਣਵਾ, ਉੱਥੇ ਈਵੀਐਮ ਮਸ਼ੀਨ ਖਰਾਬ ਹੁੰਦੀ ਵੀ ਆਈ, ਜਿਸ ਕਰਕੇ ਜਿਹੜੇ ਵੋਟਰ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ। ਕਈ ਜਗ੍ਹਾ ਤੇ ਜਿਹੜੇ ਕਿ ਲੋਕਾਂ ਦੇ ਬੂਥ ਨੰਬਰ ਗਲਤ ਲਿਖੇ ਹੋਣ ਦੇ ਕਾਰਨ ਉਹਨਾਂ ਨੂੰ ਪਤਾ ਨਹੀਂ ਲੱਗਾ। ਜੀ ਬਿਲਕੁਲ, ਪਤਾ ਨਹੀਂ ਲੱਗਿਆ ਤੇ ਲੋਕੀ ਵਾਪਸ ਪਰਤ ਰਹੇ ਨੇ। ਸੋ ਬਿਲਕੁਲ ਜੀ, ਇਹ ਵੀ ਰਿਤੂ ਹੋਣੇ ਦੱਸਿਆ ਕਿ ਕਈ ਲੋਕ ਨੇ ਜਿਹੜੇ ਜਦੋਂ ਵੋਟ ਕਰਨ ਗਏ ਤਾਂ ਉੱਥੇ ਉਹਨਾਂ ਨੂੰ ਵਾਪਸ ਵੀ ਪਰਤਣਾ ਪਿਆ। ਕਈ ਥਾਵਾਂ ਤੇ ਜਿਹੜੀ ਪੋਲਿੰਗ ਜਿਹੜੀ ਆ ਵੋਟਾਂ ਜਿਹੜੀ ਗਿਣਤੀ ਆ, ਵੋਟ ਪਾਉਣੀ ਸ਼ੁਰੂ ਹੋਈ ਤਾਂ ਕਾਫੀ ਜਿਹੜੀ ਲੇਟ ਸ਼ੁਰੂ ਹੋਈ ਹੈ, ਕਿਉਂਕਿ ਜਿਹੜੀ ਉੱਥੇ ਮਸ਼ੀਨ ਦੀ ਖਰਾਬੀ ਦੱਸੀ ਗਈ ਹੈ। ਸੋ ਜੇਕਰ ਗੱਲ ਕੀਤੀ ਜਾਵੇ ਤਾਂ ਮਨਪ੍ਰੀਤ ਬਾਦਲ ਤੋਂ ਇਲਾਵਾ, ਹਰਸਿਮਰਤ ਬਾਦਲ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਲੀਡਰ ਨੇ? ਧਰਮਵੀਰ ਗਾਂਧੀ ਹੋਣਾ ਨੇ ਆਪਣੀ ਵੋਟ ਦਾ ਭੁਗਤਾਨ ਕਰ ਲਿਆ, ਪਰਨੀਤ ਕੌਰ ਨੇ ਵੀ ਆਪਣੀ ਵੋਟ ਦਾ ਜਿਹੜਾ ਭੁਗਤਾਨ ਕੀਤਾ। ਪ੍ਰੋਫੈਸਰ ਬਲਜਿੰਦਰ ਕੌਰ ਜਿਹੜੀ ਬਠਿੰਡਾ ਤੋਂ ਖੜੇ ਨੇ, ਉਹਨਾਂ ਨੇ ਵੀ ਆਪਣੀ ਵੋਟ ਦਾ ਭੁਗਤਾਨ ਕਰ ਦਿੱਤਾ ਹੈ। ਪ੍ਰੋਫੈਸਰ ਸਾਧੂ ਸਿੰਘ ਹੋਣਾ ਨੇ ਵੀ ਆਪਣੀ ਜਿਹੜੀ ਵੋਟ ਹੈ ਉਹ ਪਾਈ ਹੈਗੀ ਆ। ਸੋ ਲਗਾਤਾਰ ਹੀ ਜਿਹੜੀ ਆਮ ਜਨਤਾ ਦੇ ਨਾਲ ਨਾਲ ਅੱਜ ਆਪਣੀ ਉਮੀਦਵਾਰ ਵੀ ਆਪਣੀ ਜਿਹੜੀ ਹੈ ਵੋਟ ਦਾ ਭੁਗਤਾਨ ਕਰ ਰਹੇ ਨੇ, ਤੇ ਆਮ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਉਤਸ਼ਾਹ ਵੀ ਪਾਇਆ ਜਾ ਰਿਹਾ। ਕਿੰਨਾ ਕੁ ਉਤਸ਼ਾਹ ਜਿਹੜੀ ਜਨਤਾ ਦੇ ਵਿੱਚ? ਜੀ ਮਨਦੀਪ, ਕਾਫੀ ਉਤਸ਼ਾਹ ਪਾਇਆ ਜਾ ਰਿਹਾ, ਕਿਉਂਕਿ ਅੱਜ ਇੱਕ ਤਾਂ ਐਤਵਾਰ ਦਾ ਦਿਨ ਹੈ ਤੇ ਲੋਕਾਂ ਦੀ ਛੁੱਟੀ ਦਾ ਵੀ ਦਿਨ ਹੈ, ਤੇ ਮੈਨੂੰ ਲੱਗਦਾ ਕਿ ਐਤਵਾਰ ਦੇ ਦਿਨ ਕਰਕੇ ਲੋਕ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਵੋਟਿੰਗ ਜ਼ਰੂਰ ਪੰਜਾਬ 'ਚ ਅੱਜ ਰਿਕਾਰਡ ਤੋੜ ਹੋਏਗੀ, ਕਿਉਂਕਿ ਲੋਕਾਂ ਨੂੰ ਪਤਾ ਕਿ ਇਹ ਮੌਕਾ ਬਾਰ ਬਾਰ ਨਹੀਂ ਆਉਂਦਾ। ਅੱਜ ਦਾ ਦਿਨ ਹੀ ਉਹਨਾਂ ਦੀ ਜਿਹੜੀ ਹੈ ਅਹਿਮੀਅਤ ਰਹਿੰਦੀ ਹੈ ਜ਼ਿਆਦਾ, ਤੇ ਮੈਨੂੰ ਲੱਗਦਾ ਕਿ ਅੱਜ ਵੋਟਿੰਗ ਬਹੁਤ ਜ਼ਿਆਦਾ ਹੋਏਗੀ। ਤੇ ਵੈਸੇ ਵੀ ਮੌਸਮ ਵੀ ਠੀਕ ਹੈ,
क्योंकि थोड़े दिन तो देख रहे थे कि मौसम भी खराब रहा, बट आज मौसम भी ठीक है और वोटिंग जरूर होगी। जी बिल्कुल जी। सो जिस दा बेसब्री नाल इंतजार किया जा रहा है 19 मई जी लगातार हो रही सी ऋतु, अज लोग जेडे ने उन्हां दा पूरा जड़ा उत्साह 19 मई जी आ पहुंची है। 19 मई नू लोग अपने घर चो बाहर निकल रहे ने, कमाकारा वाले जिथे अपने ऑफिस जाने तो पहला मिलदा कि 9 बजे दा दफ्तर दा टाइम हुंदा है, तां 9 बजे तो पहला पोलिंग बूथ ते जाके अपनी वोट जी पाके। जी बिल्कुल, नाल ही नाल मैं कहूंगी कि जेडे अज फर्स्ट टाइम वोटर्स है उन्हां च काफी उत्साह पाया जा रहा है, ते नाले जेडे डीसीज उन्होंने खास इंतजाम रखे ने कि उन्हां नू सर्टिफिकेट दे के सम्मानित भी किया जाएगा, सो उन्हां च काफी उत्साह पाया जा रहा है, सेल्फी लेके लोग बार बार पा रहे ने। जी बिल्कुल जी। इस दे नाल जेकर गल कीती जावे पिंक पोलिंग बूथ, ओ भी कई जेड़े ने हल्कियां दे विच बनाए गए ने, खास तौर ते औरतां लई पिंक पोलिंग बूथ दा इंतजाम कीता गया, बड़े सोहने गुलाबी जे रंग दे ने गुब्बारे लगा के पिंक सिटी बनाई गई। ओहदे विच ही कहा गया कि औरतां लई खास प्रबंध है कि औरतां नूं आकर्षण दा केंद्र बनाया गया है ना। पंजाब विच जेड़ा मैनूं लगदा युवा वोटर्स ते औरतां दी वोटिंग ज्यादा परसेंटेज है, इस करके उलवान लई सब कुछ कीता गया। सो अज देखदे हां किन्नी वोटिंग हुंदी है। जी बिल्कुल जी। आम जनता बहुत ज्यादा उत्साह है। इस दिन जेकर गल की जाए थर्ड जेंडर की, तो उन्होंने भी जेडी 560 जेडे थर्ड जेंडर के जेडे लोग ने भी जेडी वोटिंग करने के लिए पहुंच रहे हैं। सो आम जी विच इस वारी महिलावां दी गिनती जेडी है वोटर की सूची च बहुत ज्यादा है। जी बिल्कुल, ताही तां कह रहे हैं कि करना नूं लुभाउण लई बहुत कुछ किया गया, ते वोटर्स जेड़े है कि जेड़ी महिला वोटर्स है, ट्रांसजेंडर्स है, NRI वोट्स 1521 जेड़े उम्मीदवार ने, तो उस तो इलावा कह सकते हैं कि असी जेड़े ट्रांसजेंडर्स दी वोट है वो काफी इस बार फर्क पाएगी। जी बिल्कुल जी। इस नाल दस दें कि मुकाबला बड़ा गुरदासपुर दे विच तिखा है, जिथे सनी देओल होनी, सुनील जाखड़ होनी खड़े हुए ने, उथे ही तगड़ा मुकाबला बठिंडा विच है। जी हाँ, जिथे श्रोमणी अकाली दल दे उम्मीदवार हरसिमरत कौर बादल ने, कांग्रेस तो राजा वड़िंग ने, जो वैसे भी विवादां च ही रहिंदे ने, विवादां दे राजा कहा जांदा उन्हां नूं, उस तों प्रोफेसर बलजिंदर कौर है आम आदमी पार्टी दे, होर तो सुखपाल खैरा PDA तों। जी जी जी। सो वख-वख जड़े उम्मीदवार ने अपनी किस्मत जड़ी अजमा रहे ने। सो चोन दंगल दा इंतजार जड़ा सी कीता जा रहा है, चोन दंगल पूरी तरह पक्या होया है। सो वख-वख थावां ते जड़ी है ओ पोलिंग होनी जड़ी शुरू हो गई है, वोटां जड़ियां पै रहियां ने, आम जनता दे नाल नाल सारे जड़े वोट है ओ पाउणे शुरू। बिल्कुल जी ऋतु, हुण मैं अपना चाहवांगी कि मेरे जो सहयोगी साथी प्रमोद जी जरूर आउणगे, दसणगे कि पंजाब दे विच प्रमोद जी किन्नी फीसद जड़ी है वोट हुण तक जड़ी हो चुकी है। हुण तक जड़ा इलेक्शन कमीशन ऑफ इंडिया दा जड़ा ऑफिशियल डाटा आ 9% तो उत्ते जी पोलिंग है 9:30 तक का जो डाटा से उस हो चुकी है। जे आप लोग सभा हलका वाइज जो गल करिए तो गुरदासपुर हूँ तक 9.94% जी पोलिंग है वो हो चुकी है, अमृतसर 7.34% जी पोलिंग है वो हो चुकी है, खडूर साहब 9.04%, जलंधर 9.52% जी पोलिंग है वो हूँ तक हो चुकी है, होशियारपुर 9.03%, आनंदपुर साहब 9.18%, लुधियाना 9.03% जी पोलिंग है वह हो चुकी है, लोग बहुत ही तेजी के नाल जिहड़ा है वह वोटां पाउण दे लई आ रहे ने। फतेहगढ़ साहब 10.5% पोलिंग दे नाल पटियाला पोलिंग दे मामले विच फिलहाल नंबर 1 जिहड़ा है वह जा रहा है। सो इलैक्शन कमीशन ऑफ इंडिया तो जिहड़ा सवेरे 7 बजे तो लैके 9 बजे तक का जिहड़ा फिगर है वह असी अपने सारे ही स्रोतियां नाल सारे ही दर्शकों नाल सांझा कीता है, और उम्मीद करते हाँ कि लोग अपने जमहूरी हक का इस्तेमाल वध चढ़ के करनगे और अपनी जिहड़ी वोट है उन्हूं कास्ट करन दे लई, जिन्हां ने अजे तक वोट अपनी पोल नहीं कीती है उस वोट नूं पोल करन दे लई लोग घरां दे विचों निकलणगे, और जिहड़ा इह आंकड़ा है इह तेजी दे नाल ਵਧੇਗਾ ਅਸੀਂ ਇਸ ਦੀ ਉਮੀਦ ਕਰਦੇ ਹਾਂ। ਸਭ ਤੋਂ ਤੇਜ਼ ਆਂਕੜਾ ਪਟਿਆਲਾ ਦੱਸਿਆ ਜਾ ਰਿਹਾ, ਸੋ ਪਟਿਆਲਾ ਦੇ ਵਿੱਚ ਜਿਹੜਾ ਮੁੱਖ ਮੁਕਾਬਲਾ ਕਾਂਗਰਸ ਦੇ ਵੱਲੋਂ ਪ੍ਰਨੀਤ ਕੌਰ, ਅਕਾਲੀ ਵੱਲੋਂ ਸੁਰਜੀਤ ਰੱਖੜਾ ਜੀ, ਤੇ ਇਸ ਦੇ ਨਾਲ ਹੀ ਆਪ ਦੇ ਵੱਲੋਂ ਨੀਨਾ ਮਿੱਤਲ ਹੋਣੀ, ਤੇ PGA ਦੇ ਵੱਲੋਂ ਡਾਕਟਰ ਧਰਵੀਰ ਗਾਂਧੀ ਜਿਹੜੀ ਆ ਕਿਸਮਤ ਅਜਮਾ ਰਹੇ ਨੇ, ਸੋ ਕਿੱਥੇ ਕਿੱਥੇ ਜਿਹੜਾ ਮੁਕਾਬਲਾ ਫਸਵਾਂ ਜਾਂ ਨਜ਼ਰ ਆਏਗਾ। ਮੁਕਾਬਲਾ ਮੀਨ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਤੇ ਪੰਜਾਬ ਦੀਆਂ 4 ਸੀਟਾਂ ਜਿਹੜੀਆਂ ਨੇ ਉਹ ਬੜੀਆਂ ਹੀ ਹੌਟ ਸੀਟਾਂ ਬਣੀਆਂ ਹੋਈਆਂ ਨੇ। ਅਸੀਂ ਰਾਤ ਵੀ ਜਿਵੇਂ ਜ਼ਿਕਰ ਕਰ ਰਹੇ ਸਾਂ ਕਿ ਫਿਰੋਜ਼ਪੁਰ, ਬਠਿੰਡਾ, ਉਸ ਤੋਂ ਬਾਅਦ ਗੁਰਦਾਸਪੁਰ, और उस तो बाद च जिहड़ी पटियाला सीट है ये बहुत ही जबरदस्त सीटा ने जिन्हां दे उत्ते बहुत फर्स्ट मीट टक्कर जिहड़ी है वो देखण नूं मिल रही है, और इसका नतीजा 23 नूं आएगा, लोग दसणगे कि किवें होवेगा। अज पोलिंग हो रही है, और चंडीगढ़ दी भी मैं गल करनी चाहांगा, चंडीगढ़ दे विच हुण तक 10.40% जिहड़ी पोलिंग है वह हो चुकी है, बड़ी तेजी दे नाल लोग जिहड़े ने घरां तों निकल रहे ने चोणां नूं लै के, वोटां नूं लै के, इस नैशनल फैसटिवल नूं लै के लोगां दे विच काफी उत्साह है। और जिद्दां कहा जांदा ਸੀ ਕਿ
पूरे इंतजाम ने चोणां विच कीते गए ने पर किते ना किते हुण वी ईवीएम मशीनां च खराबी नजर आई है। देखो टैक्नीकल फॉल्ट जिहड़े ने इह चलदे रहिंदे ने, पार्ट हुंदा है टैक्नीकल फॉल्ट जिहड़े आउंदे ने उस नूं नाल दे नाल सॉर्ट आउट कीता जांदा है और इलैक्शन कमीशन ऑफ इंडिया जिहड़ा है वह लगातार उन्हां दी जिहड़ियां टीम्स ने इंजीनियर्स ने वह लगातार उन्हां पोलिंग बूथ दे उत्ते पहुँच जांदे ने तां कि किसी भी तरह की खड़ोत जिहड़ी है कमरे विच ना आवे और बैकअप टीमां जिहड़ियां ने उसे काम नूं हुंदियां ने कि जे किते टैक्नीकल फॉल्ट आंदा है तो उस फॉल्ट नूं दूर करके फटाफट जिहड़ी पोलिंग है उहनूं स्टार्ट कीता जावे और किते ना किते जिहड़ी इह गल हुंदी है कि पोलिंग लेट हो गई है पोलिंग देरी ना शुरू हुई है उत्ते इलैक्शन कमीशन जिहड़ा है वो थोड़ी जी लोगों नूं इस गल की रियायत दिंदा है कि जिन्नी लेट पोलिंग शुरू हुई है जब तक 6 बजे तक जिन्ने लोग पोलिंग बूथ के अंदर एंटर हो जाएंगे उन्ने लोगों नूं जिहड़ा है वो इलैक्शन कमीशन जिहड़ा है अपना वोट कास्ट करन दा जिहड़ा अपना मौका है वो इलैक्शन कमीशन देवेगा। लुधियाना का जिहड़ा साढ़े को 9 बजे तक का ऑफिशियल फिगर है 9.03% का जिहड़ा फिगर है वो मेरे सहयोगी वालों साढ़े नाल साझा किया गया है और असी दसना चाहांगा कि जिन्हां ने अपना वोट हजे तक कास्ट नहीं किया वह सारे ही लोग अपने घर चो निकलन। असी डेली पोस्ट के वलों भी लोगों को अपील करते हाँ कि वध तो वध वध चढ़ के अपने जमहूरी हक का इस्तेमाल करो वोट पाओ तुहाडा एक वोट जिहड़ा है वह देश की सरकार बनाएगा और देश तुसीं जिवें दी सरकार चाहते हो उदा की सरकार आऊगी पर उसके लिए जरूरी है कि तुसीं घरों निकलो और अपना वोट जिहड़ा है वह कास्ट करके आओ। सो जिकर गल कीती जावे प्रमोद जी नोटा की तो इत्थे नोटा का भी कुछ लोगों के वालों इस्तेमाल किया जा रहा है नोटा की है मैं जरूर चाहवागी कि तुसीं जरूर दसो। नोटा इस करके इस्तेमाल किया जाता है कि जे मान लो किसी नूं जिन्ने कैंडीडेट्स खड़े ने जे कैंडीडेट तुहानूं तुसीं कहने हो कि मेरी पसंद का कैंडीडेट नहीं है मैं किसी नूं भी वोट नहीं पाउणी चाहुंदा तो तुहानूं अधिकार दिता है इलैक्शन कमीशन ने कि तुसीं अपनी राय रख सको नोटा के जरिए क्योंकि अगे ये सीगा कि लोग घरों आते सी पर वह कहिंदे सी भी मैनूं तां कैंडीडेट पसंद नहीं है मैं वोट नहीं पाउणी हुण उस फिगर दे नाल नोटा दे फिगर दे नाल घट्टो घट्ट पता लग सकता है कि किन्ने वोटर्स ने सारे ही कैंडीडेट्स नूं रिजैक्ट करता है कैंडीडेट्स नूं रिजैक्ट करन दे लई भी इलैक्शन कमीशन ने नोटा का जिहड़ा तुहानूं प्रावधान जिहड़ा आ उह दित्ता आ और इसे करके नोटा का जिहड़ा बटन है वह ईवीएम दे विच रख्या जांदा है कि जिहड़े लोगों नूं पसंद नहीं हन उम्मीदवार या जिहड़े लोग चाहुंदे ने कि मैं किसी भी कैंडीडेट नूं वोट नहीं करना चाहुंदा वह लोग जिहड़े ने वह नोटा का इस्तेमाल करदे ने और नोटा की जिहड़ी संख्या है नोटा की जिहड़ी फिगर है हर वार चोणां दे विच फिगर जिहड़ी है वह किते ना किते वधदी दिखाई दिंदी है। बिल्कुल जेकर गल कीती जावे पिंक पोलिंग बूथां दी तो बहुत सारे थावां ते जिहड़े पिंक पोलिंग बूथ बनाए गए ने आरतां दे अट्रैक्शन दा केंद्र रहे। हाँ पिंक पोलिंग देखो इलैक्शन कमीशन ने काफ़ी मॉडल बूथ बनाए ने पिंक पोलिंग बूथ बनाए ने लोगों नूं वोटर्स नूं किसी भी किस्म की कोई दिक्कत ना आए लोगों नूं किसी भी किस्म की कोई परेशानी ना आए इस करके इन्हां बूथां नूं बनाया जाता है जिवें आपां देखते हाँ कि मॉडल बूथां दे उत्ते बाजे का भी इंतजाम किया जाता है वोटर्स नूं आया तो उन्हां दे मीनस बाजा बज रहा है सवेर के कई बूथ जिहड़े ने असीं मीडिया दे राहीं ओह देखे भी ने और पिंक पोलिंग बूथां दा भी यही मतलब है कि मीनस जिहड़ियां महिलावां ने महिला शक्ति है जिहड़ी उन्हां अट्रैक्ट किया जाए कि तुम आओ घर तो निकलो अपने वोट का अपने जमहूरी हक का इस्तेमाल करो औरतों जिते बराबरी के हक की गल की जाती है। एक सैफराजट नाम की मूवमेंट चली सी सैफराजट नाम की मूवमेंट पछमी देशों इस करके चली सी कि औरतों उन्होंने जी जमहूरी हक का इस्तेमाल दिता जाए पर हिंदुस्तान भारत के साडे इंडिया के लोकतंत्र की एक खासियत है कि जिस दिन तो साडा देश आजाद होया है इतने औरतों उस दिन तो वोट पाउण का जिहड़ा अधिकार है वह मिलया होया है और औरतां जिहड़ियां ने वध चढ़ के इतने वोट जिहड़ी कास्ट कर रही ने और यही कारण है कि साडे जिहड़ा लोकतंत्र है वह बहुत मजबूत है और उत्थे औरतां जिहड़ियां ने उन्नी ही ताकत दे नाल उन्नी ही बेबाकी दे नाल अपना जिहड़ा फैसला दिंदियां ने अपनी जिहड़ा मत दा इस्तेमाल करदियां ने कि देश की सरकार जिहड़ी है उस नूं बनाया जा सके। सो बहुत बहुत शुक्रिया प्रमोद जी साडे नाल गलबात करन दे लई जे इक वार फिर तो दस दिंदे चलदे आ कि 278 उम्मीदवार ने जो अपनी किस्मत अजमा रहे ने पंजाब दे विच सवेर तो ही जिहड़ी वोटिंग होनी उह शुरू हो चुकी है ते हुण लगातार ही आम जनता अपने घरां दे विचों निकल के अपनी वोट जिहड़ा है इस्तेमाल कर रही है। सो लगातार ही जिहड़े लोकां दे विच काफी ज्यादा उत्साह भी पाया जा रहा है। सो पोलिंग बूथ जिहड़े ने वधिया अट्रैक्शन लई बनाए गए जेकर गल की जाए अपेज लोकां दे उहनां दे लई स्पैशल जिहड़े ने प्रबंध किए गए ने पर मैं तुहानूं फिर होर इलैक्शन कमीशन वालों बसां चलाईआं गईआं जो उन्हां नूं लै के भी आएगी तो उन्हां नूं उन्हां दे घर तक छड्ड के
ਕੇ ਵੀ ਆਏਗੀ ਜੀ, ਤਾਂ ਕਿ ਉਹ ਆਪਣੇ ਜਿਹੜੇ ਜ਼ਰੂਰੀ ਹੱਕ ਦਾ ਇਸਤੇਮਾਲ ਕਰ ਸਕਣ ਚਾਹੀਦਾ ਜੀ। ਬਿਲਕੁਲ ਜੀ, ਬੱਸਾਂ ਦੇ ਨਾਲ ਨਾਲ ਜੇਕਰ ਗੱਲ ਕੀਤੀ ਜਾਵੇ ਰੈਪਿਡ ਬਾਈਕ ਦੀ, ਤਾਂ ਉਹ ਵੀ ਇੱਥੇ ਜਿਹੜੀ ਚੋਣ ਕਮਿਸ਼ਨ ਵੱਲੋਂ ਬਾਈਕ ਵੀ ਜਿਹੜੀ ਚਲਾਈ ਗਈ, ਜੋ ਕਿ ਲੋਕਾਂ ਨੂੰ ਘਰੋਂ ਲੈ ਕੇ ਜਾਵੇਗੀ ਤੇ ਵਾਪਸ ਤੋਂ ਵੋਟ ਦਾ ਇਸਤੇਮਾਲ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਉਹ ਵਾਪਸ ਵੀ ਛੱਡੇਗੀ। ਸੋ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤਾਂ ਹੋਰ ਕਿਹੜੇ ਕਿਹੜੇ ਲੀਡਰ ਨੇ ਜਿਹਨਾਂ ਨੇ ਜਿਹੜੀ ਵੋਟ ਦਾ ਇਸਤੇਮਾਲ ਕਰ ਲਿਆ? ਹੁਣ ਲੁਧਿਆਣਾ ਤੋਂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਵੀ ਵੋਟ ਜਿਹੜੀ ਆਪਣੀ ਵੋਟ ਦਾ ਭੁਗਤਾਨ ਕਰ ਚੁੱਕੇ ਨੇ, ਪ੍ਰੋਫੈਸਰ ਬਲਜਿੰਦਰ ਕੌਰ ਵੀ ਕਰ ਚੁੱਕੇ ਨੇ, ਸੁਰਜੀਤ ਸਿੰਘ ਰੱਖੜਾ, ਪਰਨੀਤ ਕੌਰ, ਸਭ ਜਿਹੜੇ ਵੀ ਉਮੀਦਵਾਰ ਨੇ ਸਭ ਆਪਣੀ ਜਿਹੜੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਚੁੱਕੇ ਨੇ, ਵੋਟ ਪਾ ਚੁੱਕੇ ਨੇ, ਤੇ ਇਹਨਾਂ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਘਰੋਂ ਨਿਕਲੋ ਤੇ ਵੋਟ ਜ਼ਰੂਰ ਕਰੋ, ਕਿਉਂਕਿ 5 ਸਾਲ ਬਾਅਦ ਫਿਰ ਕੋਸਣ ਨਾਲੋਂ ਚੰਗਾ ਕਿ ਅੱਜ ਵੋਟ ਕਰ ਲਓ ਜੀ। ਜੀ ਬਿਲਕੁਲ ਜੀ, ਸਾਰੇ ਜਿਨ੍ਹਾਂ ਦੇ ਪੂਰਾ ਉਤਸ਼ਾਹ ਆਇਆ, ਨੌਜਵਾਨ ਪੀੜ੍ਹੀ ਵਿੱਚ ਵੀ ਉਤਸ਼ਾਹ ਆਇਆ, ਜਿਨ੍ਹਾਂ ਨੇ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨਾ ਉਹਨਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਲੋਕ ਜਿਹੜੇ ਨੇ ਸੈਲਫੀਆਂ ਵੀ ਆਪਣੀਆਂ ਭੇਜ ਰਹੇ ਨੇ ਕਿ ਅਸੀਂ ਵੋਟ ਦਾ ਇਸਤੇਮਾਲ ਕਰ ਲਿਆ। ਪੰਜਾਬ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਫੇਸਬੁੱਕ ਤੇ ਲਾਈਵ ਹੋ ਕੇ ਉਹ ਦੱਸ ਰਹੇ ਨੇ ਕਿ ਹਾਂਜੀ ਅਸੀਂ ਵੋਟ ਪਾਇਆ, ਲਾਈਵ ਵੀ ਹੋ ਰਹੇ ਨੇ, ਨਾਲ ਹੀ ਅਪੀਲ ਵੀ ਕਰ ਰਹੇ, ਨੌਜਵਾਨ ਖੁਦ ਅਪੀਲ ਕਰ ਰਹੇ ਨੇ ਕਿ ਵੋਟ ਜ਼ਰੂਰ ਪਾ ਕੇ। ਬਿਲਕੁਲ ਜੀ, ਜੇਕਰ ਉਹਨਾਂ ਨੇ ਆਪਣੀਆਂ ਫੋਟੋਆਂ ਸੈਲਫੀਆਂ ਜਿਹੜੇ ਚੋਣ ਨਿਸ਼ਾਨ ਦੇ ਨਾਲ ਜਿਹੜਾ ਨਿਸ਼ਾਨ ਸੀ ਉਂਗਲ ਤੇ ਲਗਵਾ ਕੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਫੋਟੋ ਜਿਹੜੀ ਹੈ ਫੇਸਬੁੱਕ ਤੇ ਸ਼ੇਅਰ ਕੀਤੀ ਹੈਗੀ ਆ। ਸੋ ਦੱਸ ਰਹੇ ਨੇ ਕਿ ਲਗਾਤਾਰ ਜੇ ਗੱਲ ਕੀਤੀ ਜਾਵੇ ਹੁਣ ਤੱਕ ਪੰਜਾਬ ਦੇ ਵਿੱਚ 11.58% ਜਿਹੜੀ ਹੈ 58% ਜਿਹੜੀ ਵੋਟਿੰਗ ਹੈ ਹੋ ਚੁੱਕੀ ਹੈ। ਸੋ ਲਗਾਤਾਰ ਹੀ ਜਿਹੜੇ ਅੰਕੜੇ ਨੇ ਵੱਧਦੇ ਜਾ ਰਹੇ ਨੇ। ਹੁਣ ਜਿਹੜਾ ਵੇਲਾ ਹੋ ਗਿਆ ਜੀ ਬਿਲਕੁਲ ਜੀ 10 ਵੱਜ ਗਏ ਨੇ। ਸੋ 10 ਵਜੇ ਤੋਂ ਲੈ ਕੇ 11.58% ਜਿਹੜੀ ਹੈ ਵੋਟ ਹੋ ਚੁੱਕੀ ਹੈ। ਸੋ ਹੋਰ ਕੀ ਕਹੋਗੇ ਰਿਤੂ, ਪੰਜਾਬ ਦੀ ਜਨਤਾ ਚ ਪੂਰਾ ਉਤਸ਼ਾਹ, ਲੀਡਰ ਵੀ ਪੋਲਿੰਗ ਪਹਿਲਾਂ ਵੀ ਕਿਹਾ, ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਅੱਜ ਐਤਵਾਰ ਹੈ, ਛੁੱਟੀ ਦਾ ਦਿਨ ਹੈ ਤੇ ਲੋਕ ਆਪਣੀ ਛੁੱਟੀ ਵੇਸਟ ਨਹੀਂ ਕਰਨਗੇ, ਬਿਲਕੁਲ ਪਤਾ ਹੈ, ਤੇ ਅੱਜ ਰਿਕਾਰਡ ਤੋੜ ਵੋਟਿੰਗ ਸ਼ਾਇਦ ਹੋਵੇ ਪੰਜਾਬ ਵਿੱਚ, ਤੇ ਅਸੀਂ ਕਹਿੰਦੇ ਡੇਲੀ ਪੋਸਟ ਵੱਲੋਂ ਵੀ ਇਹੀ ਅਪੀਲ ਕਰਦੇ ਹਾਂ ਕਿ ਆਪਣੇ ਵੋਟ ਦੇ ਜਿਹੜੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ, ਤੇ ਬਾਕੀ ਦੀ ਅਪਡੇਟਸ ਲਈ ਤੁਸੀਂ ਡੇਲੀ ਪੋਸਟ ਪੰਜਾਬੀ ਦੇ ਨਾਲ ਬਣੇ ਰਹੋ। ਸੋ ਬਹੁਤ ਬਹੁਤ ਸ਼ੁਕਰੀਆ ਰਿਤੂ, ਇਸ ਦੇ ਨਾਲ ਹੀ ਹੁਣ ਤੁਹਾਨੂੰ ਹੋਰ ਅਪਡੇਟ ਵੀ ਇਸੇ ਤਰ੍ਹਾਂ ਦਿੰਦੇ ਰਹਾਂਗੇ।